ਪਾਇਰਮ ਸਰਕਾਰਯੋਗ ਸਾਹਸੰਗੀ ਜੀ ਸਾਰੇ ਹੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਧੰਸੇ ਰਿਸਾਤ ਗੁਰੂ ਪ੍ਰਤਾਪ ਸਿੰਘ ਜੀ ਧੰਸੇ ਰਿਸਾਤ ਗੁਰੂ ਜਗਜੀਤ ਸਿੰਘ ਜੀ ਧੰਸੇ ਰਿਸਾਤ ਗੁਰੂ ਉਦੇਸ ਸਿੰਘ ਜੀ ਸਾਹਸੰਗੀ ਜੀ ਅੱਜ ਦੀ ਸਾਖੀ ਦਾ ਸਿਰਲੇਖ ਹੈ ਪਸੂ ਪਰੇਤੋ ਦੇਵਕਾਰ ਪੂਰੇ ਸਤਗੁਰ ਦੀ ਵਡਿਆਈ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸਤਗੁਰ ਪ੍ਰਤਾਪ ਸਿੰਘ ਜੀ ਦੀ ਮਹਿਮਾ ਕਥਨ ਤੋਂ ਬਾਹਰ ਹੈ ਉਹ ਕਰਨ ਕਰਨ ਸਮਰਾਤ ਅਕਾਲਪੁਰਖ ਦਾ અવਤਾਰ ਸਨ। ਉਹਨਾਂ ਦੀ ਕਿਰਪਾ ਦੀ ਇੱਕ ਸਾਖੀ ਹੈ। ਅੰਮ੍ਰਿਤਸਰ ਰਹਿਣ ਵਾਲੇ ਬੀਬੀ ਤਜਿੰਦਰ ਕੌਰ ਹੰਸਪਾਲ ਜੀ ਸਨ 1959 ਦੀ ਵਿਸਾਖੀ ਵਾਲੇ ਦਿਨ ਦੀ ਇੱਕ ਵਾਰਤਾ ਇਸ ਤਰ੍ਹਾਂ ਦੱਸਦੇ ਹਨ। ਉਸ ਦਿਨ ਅੰਮ੍ਰਿਤਸਰ ਨਾਮਧਾਰੀ ਧਰਮਸ਼ਾਲਾ ਵਿੱਚ ਅੰਮ੍ਰਿਤ ਵੇਲੇ ਆਸਾਦੀ ਵਾਰ ਲੱਗੀ ਸੀ। ਸਾਗੂ ਪਟਾਤ ਸਿੰਘ ਜੀ ਦੇਰਸ਼ਨ ਦੇ ਰਹਿ ਸਨ। ਸੰਗਤ ਬਹੁਤ ਜ਼ਿਆਦਾ ਸੀ। ਉੱਥੇ ਇੱਕ ਜਵਾਨ ਕੁੜੀ ਵੀ ਬੈਠੀ ਹੋਈ ਸੀ। ਤੇ ਜਿੰਦਰ ਕੋਰ ਜੀਵਿਤਾ ਰਮਸ਼ਾਲਾ ਵਾਰਚ ਗਏ ਉਸ ਕੁੜੀ ਦੇ ਨੇੜੇ ਹੀ ਬੈਠ ਗਏ ਉਸ ਕੁੜੀ ਦੇ ਪਿਤਾ ਜੀ ਸਾਥ ਸੰਗਤ ਵਿੱਚ ਹੀ ਕੁਝ ਪਿੱਛੇ ਬੈਠੇ ਸਨ ਉਹਨਾਂ ਨੇ ਪੰਡਤ ਗੋਪਾਲ ਸਿੰਘ ਜੀ ਨੂੰ ਪਿੱਛੋਂ ਦੀ ਉੱਚੀ ਆਵਾਜ਼ ਵਿੱਚ ਬੋਲ ਕੇ ਅਰਜ਼ ਕੀਤੀ ਕਿ ਪੰਡਤ ਜੀ ਜੀ ਸਾਧਗੁਰੂ ਜੀ ਅੱਗੇ ਮੇਰੀ ਅਰਜ਼ ਕਰੋ ਮੇਰੀ ਧੀ ਬੜੀ ਦੁਖੀ ਹੈ ਮੈਂ ਕੋਈ ਥਾਂ ਨਹੀਂ ਛੱਡੀ ਉਸ ਦਿਨ ਕੁਝ ਵਿਆਹ ਹੋਏ ਸਨ ਸਤਗੁਰੂ ਜੀ ਆਪਣੇ ਆਸਨ ਤੋਂ ਉੱਠ ਕੇ ਬਾਹਰ ਖੁੱਲੀ ਥਾਂ ਤੇ ਜਾ ਕੇ ਆਸਨ ਤੇ ਬੈਠ ਗਏ। ਉਹਨਾਂ ਨੇ ਨਵੇਂ ਵਿਆਹੇ ਜੋੜਿਆਂ ਨੂੰ ਉਪਦੇਸ਼ ਕਰਨ ਲਈ ਬਾਹਰ ਬੁਲਾਇਆ। ਸਾਰੀ ਸੰਗਤ ਦੇ ਨਾਲ ਕੁੜੀ ਵੀ ਬਾਹਰ ਚਲੀ ਗਈ। ਜਦੋਂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਸਨ ਤਾਂ ਉਹ ਕੁੜੀ ਉੱਚੀ ਆਵਾਜ਼ ਵਿੱਚ ਗਾ ਕੇ ਬੋਲੀ ਮੈਂ ਮਸਾਨ ਜੇ ਪਾਏ ਬੀਪੋ ਨੇ ਪਾਏ ਨਾਮੋ ਨੇ ਸਾਨੂੰ ਲੱਗਣ ਨਾ ਢਿੰਦੇ ਸਤਗੁਰ ਦੀ ਚਰਨੀ। ਸੱਚੀ ਬਾਸ਼ਾ ਜੀ ਨੇ ਸੁਣ ਕੇ ਉੱਚੀ ਆਵਾਜ਼ ਵਿੱਚ ਬਚਨ ਕੀਤਾ ਕਿਹੜਾ ਏ ਓਏ ਕੱਢੋ ਇਹਨੂੰ ਬਾਹਰ ਪਵਿੱਤਰ ਮੁਖਾਰ ਵੀਂ ਤੋਂ ਉਚਰੇ ਸ਼ਬਦ ਨੇ ਕਰਾਮਾਤ ਕਰਵਕਾਈ ਸ਼ਾਂਤ ਪਾਈ ਗੁਰਸਤਗੁਰ ਪੂਰੇ ਸੁਖ ਉਪਜੇ ਵਾਜੇ ਅਨਹਤੂਰੇ ਉਹ ਕੁੜੀ ਇਕਦਮ ਸ਼ਾਂਤ ਹੋ ਗਈ ਉਹ ਬੋਲੀ ਬਣ ਗਏ ਦੇਵਤਾ ਲੱਗੇ ਸਤਗੁਰਾਂ ਦੀ ਚਰਣੀ ਜਿਹੜੀ ਪ੍ਰੇਤ ਆਤਮਾ ਉਸ ਨੂੰ ਦੁੱਖ ਦੇ ਰਹੀ ਸੀ ਉਸ ਨੂੰ ਛੱਡ ਕੇ ਚਲੀ ਗਈ ਤਾਂ ਤਾਂ ਹਨ ਵੱਡੇ ਪ੍ਰਤਾਪ ਵਾਲੇ ਵੱਡ ਪ੍ਰਤਾਪੀ ਸਤਿਗੁਰੂ ਭਟਾਪ ਸਿੰਘ ਜੀ ਸੱਚੇ ਬਾਸ਼ਾ ਇੱਕ ਹੋਰ ਸਾਖੀ ਹੈ ਵਿਛੜਿਆ ਮੇਂ ਲੇ ਪ੍ਰਭੂ ਹਰ ਦਰਗਹ ਕਾ ਵਸੀਤ ਸਤਿਗੁਰੂ ਅਕਾਲ ਪੁਰਖ ਨੂੰ ਸਾਡੇ ਪਿਛਲੇ ਜਨਮਾਂ ਦਾ ਵੀ ਪਤਾ ਹੁੰਦਾ ਹੈ ਉਹ ਕਈ ਜਨਮਾਂ ਤੋਂ ਵਿਛੜਿਆ ਨੂੰ ਫਿਰ ਜਰਨੀ ਲਾ ਲੈਂਦਾ ਹੈ ਲਾਇਲਪੁਰੇ ਰਹਿਣ ਵਾਲ ਲਾਇਲਪੁਰ ਜ਼ਿਲ੍ਹੇ ਦੇ ਰਹਿਣ ਵਾਲਾ ਇੱਕ ਸਰਦਾਰਾ ਸਿੰਘ ਨਾਂ ਦਾ ਸਿੱਖ ਬੜੀ ਸ਼ਰਾਬ ਪੀਣ ਵਾਲਾ ਤੇ ਮਾਸ ਮੱਛੀ ਖਾਣ ਵਾਲਾ ਸੀ। ਉਹਨੇ ਸ਼ਰਾਬ ਪੀ ਕੇ ਬੇਹੋਸ਼ ਪੈਣਾ ਉਹ ਦੇਹਧਾਰੀ ਗੁਰੂ ਦੀ ਨਿੰਦਿਆ ਵੀ ਬੜੀ ਕਰਦਾ ਸੀ। ਕਿਸੇ ਸੱਜਣ ਮਿੱਤਰ ਨੇ ਉਹਨੂੰ ਮਤ ਦਿੱਤੀ ਕਿ ਇਹੋ ਜੇ ਕੰਮ ਛੱਡ ਦੇ ਅਤੇ ਕਿਸੇ ਗੁਰੂ ਦੀ ਚਰਨੀ ਲੱਗ ਜਾ। ਸਤਿਗੁਰ ਜੀ ਦੀ ਕਿਰਪਾ ਨਾਲ ਉਹਦੇ ਮਨ ਵਿੱਚ ਗੁਰੂ ਧਾਰਨ ਦੀ ਇੱਛਾ ਪੈਦਾ ਹੋ ਗਈ ਉਹ ਸੋਚੇ ਲਗਾ ਕਿ ਇਸ ਵੇਲੇ ਕਿਹੜਾ ਸੱਚਾ ਗੁਰੂ ਹੋਵੇਗਾ ਮੈਂ ਕਿਸ ਨੂੰ ਗੁਰੂ ਬਣਾਵਾਂ ਕਿਸੇ ਨੇ ਉਸ ਨੂੰ ਦੱਸਿਆ ਕਿ ਇੱਥੇ ਗੁਰਦੀਤਾ ਨਾਂ ਦਾ ਮੁਸਲਮਾਨ ਪੀਰ ਰਹਿੰਦਾ ਹੈ ਤੂੰ ਉਸ ਨੂੰ ਗੁਰੂ ਧਾਰ ਲੈ ਸਰਦਾਰਾ ਸਿੰਘ ਉਹਦੇ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਮੈਂ ਤੁਹਾਨੂੰ ਗੁਰੂ ਧਾਰਨ ਕਰਨ ਲਈ ਆਇਆ ਹਾਂ ਪਰ ਫਿਰ ਉਸ ਨੇ ਵੇਖਿਆ ਕਿ ਉਸ ਪੀਰ ਦੇ ਹੱਥ ਵਿੱਚ ਹੁੱਕਾ ਫੜਿਆ ਹੋਇਆ ਹੈ ਐ ਵੀ ਕਿ ਉਹਦਾ ਮਨ ਬਦਲ ਗਿਆ ਉਸਨੇ ਸੋਚਿਆ ਕਿ ਮੈਂ ਭਾਵੇਂ ਸ਼ਰਾਬ ਖਾਣ ਪੀਣ ਵਾਲਾ ਹਾਂ ਪਰ ਹੂਕਾ ਪੀਣਾ ਸਿੱਖ ਦਾ ਧਰਮ ਤੇ ਨਹੀਂ ਮੈਂ ਹੂਕਾ ਪੀਣ ਵਾਲੇ ਨੂੰ ਕਿਸ ਤਰ੍ਹਾਂ ਗੁਰੂ ਬਣਾ ਲਵਾਂ ਗੁਰਦਿੱਤੇ ਨੇ ਵੀ ਆਖਿਆ ਕਿ ਇਥਾਂ ਤੇਰੇ ਵਾਲਾ ਨਹੀਂ ਹੈ ਇਹ ਥਾਂ ਤੇਰੇ ਵਾਲਾ ਨਹੀਂ ਜੇ ਤੂੰ ਗੁਰੂ ਧਾਰਨ ਕਰਨਾ ਹੈ ਤਾਂ ਅੱਜ ਕੁਕਿਆਂ ਦੇ ਗੁਰੂ ਨਨਕਾਣੀ ਸਾਹਿਬ ਮੇਲੇ ਤੇ ਆਏ ਹਨ ਤੂੰ ਉੱਥੇ ਜਾ ਲਾ ਸਰਦਾਰਾ ਸਿੰਘ ਤੇ ਕਿਰਪਾ ਹੋਣ ਦਾ ਵੇਲਾ ਪਹੁੰਚ ਚੁੱਕਿਆ ਸੀ ਪੂਰਵ ਕਰਮ ਅੰਕੁਰ ਜਪਤੇ ਪੇਟਿਓ ਪੁਰਕ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੇ ਉਹ ਪੂਰਨ ਗੁਰੂ ਨੂੰ ਮਿਲਣ ਵਾਸਤੇ ਨਨਕਾਣੀ ਪਹੁੰਚ ਗਿਆ ਅਤੇ ਸਾਗੂ ਪਟਾਪ ਸਿੰਘ ਜੀ ਨੂੰ ਜਾ ਕੇ ਮੱਥਾ ਟੇਕਿਆ ਸਾਗੁਰ ਜੀ ਨੇ ਬਚਨ ਕੀਤਾ ਕਿ ਸਰਦਾਰਾ ਸਿੰਘਾ ਗੁਰਦੀਤੇ ਕੋਲੋਂ ਐ ਤੂੰ ਐ ਬਚਨ ਸੁਣਦਿਆਂ ਹੀ ਸਰਦਾਰਾ ਸਿੰਘ ਤਾਂ ਮਸਤਾਨਾ ਹੋ ਗਿਆ। ਉਹਨੇ ਅਰਜ਼ ਕੀਤੀ ਕਿ ਮੈਨੂੰ ਵੀ ਇੰਨਾ ਸਿੱਖਾਂ ਵਰਗਾ ਬਣਾ ਲਵੋ ਸੱਚੇ ਪਾਤਸ਼ਾਹ। ਸਾਰਗੁਰੂ ਜੀ ਨੇ ਸੇਵਕ ਨੂੰ ਹੁਕਮ ਕੀਤਾ ਕਿ ਇਹਨੂੰ ਭਜਨ ਦਵਾ ਦਿਓ ਨਾਲੇ ਕਸ਼ਹਿਰੇ ਪਵਾ ਦਿਓ। ਉਸ ਸਮੇਂ ਸਰਦਾਰਾ ਸਿੰਘ ਦੀ ਪਰਜਾਈ ਵੀ ਉੱਥੇ ਦੀਵਾਨ ਵਿੱਚ ਬੈਠੀ ਸੀ। ਉਸਨੇ ਉੱਠ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਇੰਨਾ ਵਿਗੜਿਆ ਹੋਇਆ ਵੀ ਸਿੱਖਵਾ ਸਕਦਾ ਹੈ। ਇਹ ਤੇ ਰੋਜ਼ ਇੱਕ ਬੋਤਲ ਸ਼ਰਾਬ ਦੀ ਪੀਣਾ ਹੈ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਬੇਬੀ ਤੈਨੂੰ ਨਹੀਂ ਪਤਾ ਇਹ ਸਾਡਾ ਹੀ ਹੈ ਇਹ ਪਿੱਛੋਂ ਕਈ ਪੀੜੀਆਂ ਤੋਂ ਸਾਡਾ ਹੈ ਕਈ ਕਾਰਨਾ ਕਰਕੇ ਇਹ ਵਿਛੜ ਗਿਆ ਹੈ ਹੁਣ ਇਹ ਸਾਡਾ ਹੀ ਰਹੇਗਾ ਸਰਦਾਰਾ ਸਿੰਘ ਭਜਨ ਲੈ ਕੇ ਕਸ਼ਹਰੇ ਟਾਰਨ ਕਰਕੇ ਸਤਿਗੁਰੂ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ ਇੱਕ ਹੋਰ ਛੋਟੀ ਜਿਹੀ ਸਾਖੀ ਹੈ ਸਮਰੱਥ ਪੂਰਕ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਇਹ ਵਾਰਤਾ 1955 ਸਾਲ ਦੀ ਹੈ ਜੀਵਨ ਨਗਰ ਗਊਆਂ ਵਾਲੇ ਵਾੜੇ ਵਿੱਚ ਤੂੜੀ ਵਾਲਾ ਕੋਠਾ ਬਣਾਉਣਾ ਸੀ ਸਾਗੂ ਪ੍ਰਤਾਪ ਸਿੰਘ ਜੀ ਨੇ ਕੋਲ ਖਲੋ ਕੇ ਨੀਆਂ ਪੁਟਾਈਆਂ ਆਪਣੇ ਸਾਹਮਣੇ ਟਾਈਲਾਂ ਬਾਲੇ ਅਤੇ ਗਾਰਡਰ ਵਗੈਰਾ ਮੰਗਵਾਏ ਉਹਨਾਂ ਨੇ ਮਿਸਤਰੀ ਨੂੰ ਹੁਕਮ ਕੀਤਾ ਕਿ ਅਸੀਂ ਥਾਈਲੈਂਡ ਜਾਣਾ ਹੈ ਸਾਡੇ ਆਂਦਿਆਂ ਨੂੰ ਕੋਠਾ ਤਿਆਰ ਹੋਣਾ ਚਾਹੀਦਾ ਹੈ ਇਹ ਹੁਕਮ ਕਰਕੇ ਉਹ THAILAND ਚਲੇ ਗਏ ਰਾਣੀਆਂ ਵਾਲੇ ਠੇਕੇਦਾਰ ਮੁੰਸ਼ਾ ਸਿੰਘ ਜੀ ਹਰਨਾਮ ਸਿੰਘ ਜੀ ਅਤੇ ਰਾਣੀਆਂ ਦੇ ਹੋਰ ਸ਼ਰੀਰ ਵੀ ਨਾਲ ਹੀ ਸਨ ਉਹਨਾਂ ਨੇ ਨੀਹਾਂ ਭਰੀਆਂ ਤੇ ਗੱਧਾ ਉਸਾਰੀਆਂ ਜਦੋਂ ਛੱਤ ਪਾਉਣ ਲੱਗੇ ਤਾਂ ਗਾਰਡਰ ਬਾਲੇ ਟਾਇਲਾ ਵਗੈਰਾ ਕੁਝ ਵੀ ਪੂਰਾ ਨਾ ਆਵੇ ਤਿੰਨ ਦਿਨ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਕੋਈ ਹਾਲ ਹੀ ਨਾ ਨਿਕਲਿਆ ਅਠਾ ਦਸਾਂ ਦਿਨਾਂ ਬਾਅਦ ਜਦੋਂ ਸਾਗੁਰ ਜੀ ਵਾਪਸ ਪਹੁੰਚੇ ਤਾਂ ਸਾਰੀ ਸੰਗਤ ਦਰਸ਼ਨ ਕਰਨ ਪਹੁੰਚੀ ਸਾਗੁਰ ਜੀ ਨੇ ਪੁੱਛਿਆ ਕਿ ਰਾਣੀਆਂ ਵਾਲਿਓ ਟੂੜੀ ਵਾਲੇ ਕੋਠੇ ਦਾ ਛੱਤ ਪੈ ਗਿਆ ਹੈ ਸਿੱਖਾਂ ਨੇ ਹੱਥ ਜੋੜ ਕੇ ਅਰਜ਼ ਕੀਤੀ ਕਿ ਸੱਚੇ ਬਾਦਸ਼ਾਹ ਜੀ ਸਾਨੂੰ 3 ਦਿਨ ਹੋ ਗਏ ਹਨ ਖਪਦਿਆਂ ਪਰ ਛੱਤ ਦਾ ਸਮਾਨ ਪੂਰਾ ਹੀ ਨਹੀਂ ਆ ਰਿਹਾ ਸਾਗੁਰ ਜੀ ਨੇ ਹਾਸੇ ਦੇ ਨਾਲ ਗਾਲ ਕੱਢ ਕੇ ਬਚਨ ਕੀਤਾ ਕਿ ਤੁਸੀਂ ਕਾਰੇ ਮਿਸਤਰੀ ਬਣੇ ਹੋਇਓ ਨਾਲੇ ਹੁਕਮ ਕੀਤਾ ਕਿ ਚਲੋ ਮੈਂ ਤੁਹਾਡੇ ਨਾਲ ਜਾਂਦਾ ਹਾਂ ਰਤਨ ਨੂੰ ਹੁਕਮ ਕੀਤਾ ਕਿ ਛਕਣ ਵਾਸਤੇ ਜਨਪਾਣੀ ਤਬੇਲੇ ਹੀ ਲੈ ਆ ਮੈਂ ਉੱਥੇ ਚੱਲਿਆ ਹਾਂ ਸਰਗੁਰਜੀ ਕੰਨ ਨਾਲ ਪੌੜੀ ਰੱਖ ਕੇ ਉੱਤੇ ਚੜ੍ਹ ਗਏ ਅਤੇ ਰਾਣੀਆਂ ਵਾਲਿਆਂ ਨੂੰ ਹੁਕਮ ਕੀਤਾ ਕਿ ਸਮਾਨ ਲੈ ਕੇ ਆਓ ਉਹਨਾਂ ਨੇ ਕੋਲ ਖੜੇ ਹੋ ਕੇ ਗਾਰਡਰ ਵਗੈਰਾ ਫਿੱਟ ਕਰਵਾਏ ਹੈਰਾਨੀ ਵਾਲੀ ਗੱਲ ਸੀ ਕਿ ਜਿਹੜਾ ਸਮਾਨ ਇੰਨੀ ਮਿਹਨਤ ਕਰਕੇ ਵੀ ਪੂਰਾ ਨਹੀਂ ਸੀ ਆ ਰਿਹਾ ਉਹ ਹੀ ਸਾਰਾ ਪੂਰਾ ਆ ਗਿਆ ਸ਼ਾਮ ਤੱਕ ਸਾਰਾ ਛੱਤ ਪੂਰਾ ਵੀ ਹੋ ਗਿਆ ਵੇਖਣ ਸੁਣਨ ਵਾਲੇ ਸਾਰੇ ਹੀ ਬੜੇ ਹੈਰਾਨ ਹੋ ਰਹੇ ਸਨ ਕਿ ਇਹ ਕਿਸ ਤਰ੍ਹਾਂ ਹੋ ਗਿਆ ਹੁੰਦਾ ਵੀ ਕਿਸ ਤਰ੍ਹਾਂ ਨਾ ਜਦ ਭਗਤ ਨਾਮਦੇਵ ਦੇ ਕੋਠੇ ਛੱਤਣ ਵਾਲਾ ਭਗਵਾਨ ਹੀ ਵਿੱਚ ਆਪ ਆ ਕੇ ਖਲੋ ਗਿਆ ਤਾਨ 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 ਹਨ ਵਿਗੜਿਆ ਸਵਿਗੜੀਆਂ ਸਵਾਰਨ ਵਾਲੇ ਵਡ ਪ੍ਰਤਾਪੀ ਸਾਗੂ ਪ੍ਰਤਾਪ ਸਿੰਘ ਜੀ ਸਾਡੀ ਉਹਨਾਂ ਦੇ ਚਰਨਾਂ ਤੇ अनेका अनेका ਵਾਰੀ ਦੰਡੋ ਬੰਦਨਾ ਹੈ ਤਹਾਂ ਸਾਗੂ ਪ੍ਰਤਾਪ ਸਿੰਘ ਜੀ ਤਹਾਂ ਸਾਜਗੁਰੂ ਜਗਜੀਤ ਸਿੰਘ ਜੀ